ਇੱਕ ਕੰਪਲੇਂਟ ਆਈ ਹੈ ਜੀ, ਇੱਕ ਲੜਕੀ ਜਿਹਦੀ ਉਮਰ 22 ਸਾਲ ਹੈ, ਬੀਏ ਸੈਕਿੰਡ ਈਅਰ ਦੀ ਸਟੂਡੈਂਟ ਹੈ, ਕੋਰੈਸਪੋਂਡੈਂਸ ਪੜ੍ਹ ਰਹੀ ਹੈ। ਪਿਛਲੇ ਕੁਝ ਸਮੇਂ ਦੌਰਾਨ ਉਹਨੂੰ ਇੱਕ ਲੜਕਾ ਕਾਲਜ ਦੇ ਵਿੱਚ ਮਿਲਿਆ ਐਂਡ ਜਦੋਂ ਉਹ ਕਲਾਸਾਂ ਲਗਾਉਣ ਗਈ ਸੀ, ਉਹਨਾਂ ਦੋਨਾਂ ਦੇ ਨੰਬਰਸ ਐਕਸਚੇਂਜ ਹੋ ਗਏ। ਉਸ ਲੜਕੇ ਨੇ ਉਹਨੂੰ ਕੁਛ ਦਿਨਾਂ ਦੇ ਬਾਅਦ ਕਾਲ ਕੀਤੀ, ਆਖਿਆ ਕਿ ਤੁਹਾਨੂੰ ਨੌਕਰੀ ਕਿਤੇ ਲਵਾ ਦਿੰਦੇ ਹਾਂ, ਕਿਉਂਕਿ ਕੁੜੀ ਗਰੀਬ ਪਰਿਵਾਰ ਦੀ ਸੀ। ਉਹਦੀਆਂ ਗੱਲਾਂ ਵਿੱਚ ਆ ਗਈ, ਐਲੀਗੇਸ਼ਨ ਹੈ ਲੜਕੀ ਦਾ ਵੀ ਉਸ ਲੜਕੇ ਨੇ ਉਹਨੂੰ ਬੁਲਾ ਕੇ ਰੇਪ ਕੀਤਾ ਹੈ। ਸਰ ਜੀ, ਇਸ ਕੁੜੀ ਨਾਲ ਨਜਾਇਜ਼ ਹੋਇਆ ਜੀ, ਕਿਉਂ ਰਿਸ਼ਤੇ 'ਚ ਮੇਰੀ ਪੈਣ ਲੱਗਦੀ ਹੈ। ਸਰ ਜੀ, ਇਸ ਦੋਸ਼ੀਆਂ ਨਾਲ ਨਾ ਸਾਨੂੰ ਕਾਰਵਾਈ ਪੂਰੀ ਚਾਹੀਦੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੀ ਜਾਵੇ। ਸਾਨੂੰ ਹੋਰ ਕੁਛ ਇਨਸਾਫ ਚਾਹੀਦਾ, ਸਾਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ। ਕਿ ਇੱਕ ਜਲਾਲਾਬਾਦ ਤੋਂ ਕਾਂਗਰਸੀ ਲੀਡਰ ਹੈ ਜੋ ਇਹਨਾਂ ਦੇ ਯਾਰ ਦੋਸਤ ਦੀ ਰਿਸ਼ਤੇਦਾਰੀ ਹੈ, ਅਤੇ ਸਰ ਜੀ ਉਹ ਮਤਲਬ ਧਮਕੀਆਂ ਦੇ ਰਹੀ ਹੈ ਘਰ ਪਰਿਵਾਰ ਦੇ, ਕੁੜੀ 'ਤੇ ਨਜਾਇਜ਼ ਪਰਚਾ ਦਵਾ ਦੇਵਾਂਗੇ ਅਤੇ ਤੁਹਾਨੂੰ ਸਾਰੀ ਉਮਰ ਬਾਹਰ ਨਹੀਂ ਨਿਕਲਣ ਦੇਣਾ। ਸਰ ਜੀ, ਸਾਨੂੰ ਤਾਂ ਮੰਗ ਸਾਡੀ ਇਹ ਹੈ ਕਿ ਸਾਨੂੰ ਇਹ ਇਨਸਾਫ ਚਾਹੀਦਾ, ਕੋਈ ਹੋਰ ਗਰੀਬ ਕਰਦੇ ਹਾਂ। ਸਰ ਜੀ, ਇਹਨਾਂ ਦੀ ਸਰਕਾਰ ਹੈ, ਸਾਰਾ ਕੁਛ ਇਹ ਕਰ ਸਕਦੇ ਹੈ। ਅਸ ਤਕਰੀਬ ਸਾਨੂੰ ਮੰਗ ਚਾਹੀਦੀ ਹੈ ਕਿ ਮੁੰਡੇ ਜਲਦ ਤੋਂ ਜਲਦੀ ਗ੍ਰਿਫਤਾਰ ਕੀਤੀ ਜਾਵੇ। ਇੱਕ ਕੰਪਲੇਂਟ ਆਈ ਹੈ ਜੀ, ਇੱਕ ਲੜਕੀ ਜਿਹਦੀ ਉਮਰ 22 ਸਾਲ ਹੈ, ਬੀਏ ਸੈਕਿੰਡ ਈਅਰ ਦੀ ਸਟੂਡੈਂਟ ਹੈ, ਕੋਰੈਸਪੋਂਡੈਂਸ ਪੜ੍ਹ ਰਹੀ ਹੈ ਉਹ। ਪਿਛਲੇ ਕੁਛ ਸਮੇਂ ਦੌਰਾਨ ਉਹਨੂੰ ਇੱਕ ਲੜਕਾ ਕਾਲਜ ਦੇ ਵਿੱਚ ਮਿਲਿਆ ਐਂਡ ਜਦੋਂ ਕਲਾਸਾਂ ਲਗਾਉਣ ਗਈ ਸੀ, ਉਹਨਾਂ ਦੋਨਾਂ ਦੇ ਨੰਬਰਸ ਐਕਸਚੇਂਜ ਹੋ ਗਏ। ਉਸ ਲੜਕੇ ਨੇ ਉਹਨੂੰ ਕੁਛ ਦਿਨਾਂ ਦੇ ਬਾਅਦ ਕਾਲ ਕੀਤੀ, ਆਖਿਆ ਕਿ ਤੁਹਾਨੂੰ ਨੌਕਰੀ ਕਿਤੇ ਲਵਾ ਦਿੰਦੇ ਹਾਂ, ਕਿਉਂਕਿ ਕੁੜੀ ਗਰੀਬ ਪਰਿਵਾਰ ਦੀ ਸੀ। ਉਹਦੀਆਂ ਗੱਲਾਂ ਵਿੱਚ ਆ ਗਈ, ਐਲੀਗੇਸ਼ਨ ਹੈ ਲੜਕੀ ਦਾ ਵੀ ਉਸ ਲੜਕੇ ਨੇ ਉਹਨੂੰ ਬੁਲਾ ਕੇ ਰੇਪ ਕੀਤਾ ਹੈ। 3 ਜਣਿਆਂ 'ਤੇ ਇਲਜ਼ਾਮ ਲਗਾ ਰਹੀ ਹੈ। ਮੈਡੀਕਲ ਸਾਡੇ ਕੋਲ ਆ ਗਿਆ ਹੈ, ਮੈਡੀਕਲ ਅਤੇ ਸਵੈਬ ਦੀਆਂ ਰਿਪੋਰਟਸ ਅਸੀਂ ਲੈਬ ਨੂੰ ਭੇਜ ਦਿੱਤੀਆਂ। ਤਕਨੀਕੀ ਅਤੇ ਮੈਡੀਕਲ ਆਧਾਰ 'ਤੇ ਜੋ ਵੀ ਸਾਡੇ ਕੋਲ ਰਿਜ਼ਲਟ ਆਊਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ। FIR ਰਜਿਸਟਰ ਕਰ ਦਿੱਤੀ ਗਈ ਹੈ? ਹਾਂਜੀ, FIR ਰਜਿਸਟਰ ਕਰ ਦਿੱਤੀ। ਗ੍ਰਿਫਤਾਰੀ ਸਰ? ਕੋਈ ਗ੍ਰਿਫਤਾਰੀ ਨਹੀਂ ਹੈ ਜੀ, ਮੁਲਜ਼ਮ ਹਾਲੇ ਤੱਕ ਪਕੌੜੇ ਨੇ, ਸਾਡੀ ਰੇਡ ਚੱਲ ਰਹੀ ਹੈ, ਅਸੀਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਕੁਛ ਵੀ ਸਾਹਮਣੇ ਆਇਆ ਸਰ, ਇਹਦੇ ਵਿੱਚ ਕੁਝ ਮੁਲਜ਼ਮ ਹੈ ਜਿਹੜੇ ਉਹ ਸੱਤਾਧਾਰੀ ਨੇਤਾਵਾਂ ਦੇ ਨਾਲ ਵੀ ਸੰਪਰਕ ਰੱਖਦੇ ਨੇ? ਨਹੀਂ, ਹਾਲੇ ਤੱਕ ਇਹੋ ਜਿਹੀ ਕੋਈ ਗੱਲਬਾਤ ਜਾਂਚ ਦੇ ਵਿੱਚ ਸਾਹਮਣੇ ਨਹੀਂ ਆਈ, ਅਗਰ ਆਈ ਤਾਂ ਵੀ ਲੈਟ ਯੂ ਨੋ। ਇਹਨਾਂ ਦੋਸ਼ੀਆਂ ਦੇ ਵਿੱਚੋਂ ਕੋਈ ਜੀ ਕਾਂਗਰਸੀ ਇਹਨਾਂ ਦਾ ਰਿਸ਼ਤੇਦਾਰ ਹੈਗਾ ਜੀ, ਜੋ ਕਿ ਮੈਨੂੰ ਧਮਕੀਆਂ ਦੇ ਰਿਹਾ ਕਿ ਤੁਸੀਂ ਰਾਜ਼ੀਨਾਮਾ ਕਰੋ, ਨਹੀਂ ਤਾਂ ਤੇਰੇ 'ਤੇ ਇਹੋ ਜਿਹਾ ਪਰਚਾ ਪਾਵਾਂਗੇ ਜੀ, ਤੂੰ ਪੂਰੀ ਜ਼ਿੰਦਗੀ ਜੇਲ੍ਹ 'ਚ ਬਾਹਰ ਨਹੀਂ ਆ ਸਕਦੀ ਜੀ। ਤੁਸੀਂ ਹੁਣ ਕੀ ਮੰਗ ਕਰਦੇ ਹੋ? ਕੋਈ ਮੰਗ ਜੀ, ਮੈਨੂੰ ਇਨਸਾਫ ਚਾਹੀਦਾ ਜੀ। ਬਾਬਾ ਅਗੋਰੀ ਨਾਥ, ਭਗਤੀ ਦੀ ਸ਼ਕਤੀ ਹੈ ਮੇਰੇ ਕੋਲ, ਵਸ਼ੀਕਰਨ ਅਤੇ ਮੁਟਕਰਨੀ ਦੇ ਬੇਤਾਜ ਬਾਦਸ਼ਾਹ ਬਾਬਾ ਅਗੋਰੀ ਨਾਥ, ਮੇਰੇ ਕਿਤੇ ਕੰਮ ਨੂੰ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਸਮੱਸਿਆ ਚਾਹੇ ਜਿੱਦਾਂ ਦੀ ਵੀ ਹੋਵੇ ਜੜ ਤੋਂ ਖਤਮ, ਪਿਆਰ 'ਚ ਧੋਖਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਕਾਰੋਬਾਰ 'ਚ ਘਾਟਾ, ਨੌਕਰੀ ਦੀ ਸਮੱਸਿਆ, ਜ਼ਿੰਦਗੀ ਦੀ A to Z ਹਰ ਸਮੱਸਿਆ ਦੇ ਸਮਾਧਾਨ ਲਈ ਇੱਕ ਵਾਰ ਫੋਨ ਜ਼ਰੂਰ ਕਰੋ ਬਾਬਾ ਅਗੋਰੀ ਨਾਥ। ਮੋਬਾਈਲ ਨੰਬਰ 9815705376।